ਇਸ ਤਰੀਕੇ ਜ਼ਿੰਦਗੀ ਦਾ ਡਿਫੈਂਡਰ ਭਾਈ, ਬੁਨਿਆਦੀ ਡਿਫੈਂਡਰ ਭਾਈ ਨੂੰ ਉੱਤੇ ਲੈਣਾ ਮੇਰੇ ਖਿਆਲ ਸਰਦਾਰ ਨੇ, ਅਤੇ ਸ਼ਾਇਦ ਇਹਨਾਂ ਦੇ ਵੀ ਇਹਨਾਂ ਨੂੰ ਵੀ ਕੁਝ ਮਿਲੇ ਇਸ ਚੀਜ਼ ਦੇ ਉੱਤੇ, ਥੱਲੇ ਗੱਲਬਾਤ ਕਰ ਰਹੇ ਨੇ, ਅੱਛੀ ਗੱਲ ਕਰ ਰਹੇ ਨੇ, ਇਹਨਾਂ ਨੂੰ ਉੱਤੇ ਲਾਓ ਕਾਲ ਤੋਂ। ਇਹ ਬਸ ਅੱਗੇ ਫਿਰ ਇਹਨਾਂ ਦੀ ਬ੍ਰਾਂਚਾਂ ਸਮਝ ਲਓ ਕਿ ਨੌਨ ਬਿਲੀਵਰਸ ਦੀਆਂ ਜਿਹੜੀਆਂ ਬ੍ਰਾਂਚਾਂ ਨੇ ਉਹਨਾਂ ਦੇ ਮੁਖਤਲਿਫ ਨਾਮ ਨੇ। ਫਿਰ ਜ਼ਿੰਦੀਕ ਆ ਜਾਂਦਾ, ਜ਼ਿੰਦੀਕ ਉਹ ਵੇ ਕਿ ਜਿਹੜਾ ਆਪਣੇ ਕੁਫਰ ਨੂੰ ਇਸਲਾਮ ਕਵੇ, ਜਿਸ ਤਰੀਕੇ ਕਾਦੀਆਨੀ ਨੇ, ਉਹ ਫਿਰ ਅੱਗੇ ਜ਼ਿੰਦੀਕ ਹੋ ਗਿਆ। ਮੁਨਾਫਕ ਵੀ ਇੱਕ ਹੈ ਵੇ ਟਰਮ, ਲੇਕਿਨ ਮੁਨਾਫਕ ਜਿਹੜੇ ਆ ਉਹ ਵੈਸੇ ਹਰਕਤਾਂ ਤੋਂ ਤੇ ਕਾਫਰਾਂ ਨਾਲ ਵੀ ਭੈੜੇ ਹੁੰਦੇ ਆ, ਲੇਕਿਨ ਉਹਨਾਂ ਨੂੰ ਕਾਫਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਪ੍ਰੀਟੈਂਡ ਤੇ ਕਰਦੇ ਆ ਕਿ ਅਸੀਂ ਬਿਲੀਵ ਰੱਖਦੇ ਹਾਂ। ਉਹ ਬੋਨੀ ਭਾਅ ਜੀ ਵਿਹਲੇ ਹੀ ਆ, ਵਿਹਲੇ ਹੀ ਆ, ਆ ਜਾਓ ਉੱਤੇ ਜੇਕਰ ਆਉਣਾ ਜੇ, ਤੇ ਅੱਜ ਤੁਹਾਡੇ ਕੋਲੋਂ ਇਹ ਸਵਾਲ ਪੁੱਛਣੇ ਆ, ਆ ਜਾਓ ਉੱਤੇ ਤੇ ਵਿਹਲੇ ਹੀ ਆ, ਵਿਹਲੇ ਹੀ ਆ। ਉਹਨਾਂ ਨੇ ਕਿਸੇ ਨੇ ਹਿਊਮੈਨਿਸਟ ਨੇ ਰੱਖ ਲਿਆ, ਕਿਸੇ ਨੇ ਕਿਹਾ ਸੀ ਨੇ ਅਸੀਂ ਐਗਨੋਸਟਿਕ ਹੋ ਗਏ ਹਾਂ, ਔਰ ਤਾਂ ਕਿ ਇਹਨਾਂ ਨੂੰ ਬਹਿਸ ਨਾ ਕਰਨੀ ਪਵੇ, ਕਿਉਂਕਿ ਮੁਲਹਿਦ ਦੇ ਬਾਰੇ ਜਦੋਂ ਵੀ ਬਹਿਸ ਹੁੰਦੀ ਨਾ ਤਾਂ ਅਸੀਂ ਬਹਿਸ ਕਰੀ ਦੀ ਕਿ ਦੇਖੋ ਕਿ ਤੂੰ ਮੁਲਹਿਦ ਹੈ ਤਾਂ ਪਹਿਲੇ ਖੁਦਾ ਦੇ ਵਜੂਦ 'ਤੇ ਗੱਲ ਹੋਏਗੀ, ਫਿਰ ਹੀ ਤੂੰ ਦੇਖੇਗਾ ਕਿ ਹਾਂ ਵੀ ਇੱਕ ਖੁਦਾ ਤਾਂ ਹੈ ਵੇ ਜਿਹੜਾ ਕਾਇਨਾਤ ਦਾ ਖਾਲਿਕ ਹੈ। ਅਗਰ ਤੂੰ ਉਹਨੂੰ ਹੀ ਨਹੀਂ ਮੰਨਦਾ ਤਾਂ ਫਿਰ ਅੱਗੇ ਤੇਰੇ ਨਾਲ ਬਹਿਸ ਕੀ ਹੋਏਗੀ? ਉਹ ਖੁਦਾ ਦੇ ਮੌਜੂ 'ਤੇ ਜਦੋਂ ਫਿਰ ਬਹਿਸ ਹੁੰਦੀ ਹੈ ਫਿਰ ਦੱਸਿਆ ਜਾਂਦਾ ਹਾਂ ਬਈ ਹੁਣ ਮਜ਼ਾਹਬ ਦੇ ਖੁਦਾ ਜਿਹੜੇ ਨੇ ਆਪਣੇ ਆਪਣੇ ਉਹ ਬਿਲੀਵਸ ਨੇ ਖੁਦਾ ਦੇ ਬਾਰੇ 'ਚ, ਉਹਨਾਂ ਦੇ ਬਾਰੇ ਫਿਰ ਤੂੰ ਮਜ਼ਾਹਬ ਦੇ ਉੱਪਰ ਗੱਲ ਕਰ ਸਕਦਾ, ਜਦੋਂ ਤੇਰਾ ਬਿਲੀਵ ਹੀ ਕੋਈ ਨਹੀਂ ਹੈ ਕਿ ਖੁਦਾ ਹੈ ਵੇ। ਤੂੰ ਐਵੇਂ ਮੂੰਹ ਉੱਠ ਕੇ ਮੂੰਹ ਚੁੱਕ ਕੇ ਹਰ ਇੱਕ ਮਜ਼ਹਬ ਦੇ ਬਾਰੇ ਬਕਵਾਸ ਕਰਨੀ ਸ਼ੁਰੂ ਕਰ ਦੇ, ਤੇਰੇ ਨਾਲ ਕੌਣ ਹੁੰਦਾ ਨਾ ਕਿ ਇੱਕ ਮੁਖਾਲਿਫ ਜਿਹੜਾ ਨਾ ਉਹਦੇ ਵੀ ਕੋਈ ਬਿਲੀਵਸ ਹੋਣ, ਤਾਂ ਕਿ ਉਹਦੇ ਬਿਲੀਵਸ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਰੱਦ ਕਰ ਸਕੀਏ। ਜੇ ਸਾਨੂੰ ਪਤਾ ਹੀ ਨਹੀਂ ਬੰਦਾ ਹੈ ਕੀ, ਉਹਦੇ ਬਿਲੀਵਸ ਕੀ ਨੇ, ਉਹ ਮੰਨਦਾ ਕਹਿੰਜੇ, ਉਹ ਇੱਕ ਹੁੰਦੇ ਨੇ ਨਾ ਉਹ ਕੌਨਸ਼ੀਅਸ ਨੂੰ ਮੰਨਦੇ ਨੇ ਕਿ ਨਹੀਂ ਮੰਨਦੇ, ਉਹ ਕਹਿੰਦੇ ਨਹੀਂ ਇਹ ਵੀ ਆਟੋਮੈਟਿਕਲੀ ਹੈ, ਉਹ ਕੋਈ ਇਸ ਤਰ੍ਹਾਂ। ਫਿਰ ਉਹ ਮੱਦੇ ਮੁਕਾਬਲ ਦੇ ਬਾਰੇ ਜਦੋਂ ਗੁਫ਼ਤਗੂ ਹੁੰਦੀ, ਇਹਨਾਂ ਨੇ ਨਾ ਹੁਣ ਆਪਣੀ ਟਾਈਪ ਚੇਂਜ ਕਰ ਲਈ ਹੈ, ਇੱਕ ਨਵੀਂ ਟਾਈਪ ਇਹਨਾਂ ਨੇ ਕੱਢੀ ਹੈ ਕੋਈ ਚੰਦ ਸਾਲਾਂ ਤੋਂ, ਐਗਨੋਸਟਿਕਾਂ ਜੀ। ਅਸੀਂ ਖੁਦਾ ਨੂੰ ਇੱਕ ਮੰਨਦੇ ਤਾਂ ਹੈ, ਲੇਕਿਨ ਅਸੀਂ ਇਹ ਨਹੀਂ ਮੰਨਦੇ ਕਿ ਇਸਲਾਮ ਦਾ ਖੁਦਾ ਜਿਹੜਾ, ਇਸਲਾਮ ਦਾ ਮਜ਼ਹਬ ਖੁਦਾ ਜਿਹੜਾ ਨਾ ਉਹ ਸੱਚਾ ਹੈ ਕਿ ਨਹੀਂ, ਤਾਂ ਕਿ ਅਸੀਂ ਡਾਇਰੈਕਟ ਜਿਹੜਾ ਨਾ ਕੁਰਾਨ ਦੇ ਉੱਪਰ ਆ ਸਕੀਏ, ਡਾਇਰੈਕਟ ਹਦੀਸ ਦੇ ਉੱਪਰ ਆ ਸਕੀਏ, ਸਮਝਦੇ ਹੋ ਨਾ? ਇਹਨਾਂ ਨੇ ਵੀ ਅੱਗੋਂ ਆਪਣੀ ਨਵੀਂ ਟਾਈਪ, ਬਾਕੀ ਜਿਹੜੇ ਹਿਊਮਨਿਸਟ ਹੋ ਗਏ, ਐਕਟੀਵਿਜ਼ਮ ਜਿਹੜੇ ਲੋਕ ਨੇ ਦੂਸਰੇ, ਇਹ ਤਾਂ ਡਾਇਰੈਕਟ ਆਉਂਦੇ ਨੇ, ਡਾਇਰੈਕਟ ਆ ਕੇ ਕਹਿੰਦੇ ਨੇ ਕਿ ਬਈ ਅਸੀਂ ਹਿਊਮੈਨਿਟੀ ਨੂੰ ਪ੍ਰਮੋਟ ਕਰਨੇ ਹਾਂ, ਇਸਲਾਮ ਜਿਹੜਾ ਹਿਊਮੈਨਿਟੀ ਦੀ ਤਾਲੀਮ ਨੇ ਦਿੰਦਾ, ਇੰਝ ਕਰਦੇ। ਇਹ ਚੀਜ਼ਾਂ ਮੈਂ ਵੇਖ ਕੇ ਨਾ ਹੈਰਾਨ ਹੁੰਦਾ ਵਾਂ। ਈਵਨ ਕਿ ਕੱਲ੍ਹ ਇੱਕ ਨਾ ਮੈਂ ਬਰੋਡ 'ਤੇ ਗਿਆ ਸੀ, ਸਰਦਾਰ ਭਰਾ ਬੈਠੇ ਸਨ ਅਤੇ ਖਾਲਿਸਤਾਨ 'ਤੇ ਗੱਲ ਹੋ ਰਹੀ ਸੀ, ਅਤੇ ਉਹਨਾਂ ਦੇ ਵਿੱਚ ਵੀ ਲੋਕ ਐਸੇ ਮੌਜੂਦ ਨੇ ਜਿਹੜੇ ਉਹਨਾਂ ਦੇ ਯਾਨੀ ਕਿ ਜਿਹੜੇ ਉਹਨਾਂ ਦੇ ਮਕਸਦ ਤੋਂ ਹਟਾਉਣ ਦੇ ਨਾ, ਯਾਨੀ ਕਿ ਮੁਖਤਲਿਫ ਜਗ੍ਹਾ ਦੇ ਉੱਤੇ ਉਹਨਾਂ ਨੂੰ ਸੱਜੇ ਖੱਬੇ ਕਰਨ ਵਾਸਤੇ ਵਿੱਚ ਇਹਨਾਂ ਦੇ ਵੀ ਮੌਜੂਦ ਨੇ। ਆਹੋ ਇਹ ਤਾਂ ਹੁੰਦੇ ਹੀ ਆ ਨਾ, ਹਰ ਪਾਸੇ ਹੁੰਦੇ ਨੇ। ਜੇ ਇਸ ਤਰੀਕੇ ਨਾਲ ਵੇਖ ਲਓ, ਪਾਕਿਸਤਾਨ ਦੇ ਵਿੱਚ ਵੀ ਇੰਝ ਦੇ ਲੋਕ ਆਏ ਨੇ ਜਿਹੜੇ ਮੁਸਲਮਾਨ ਵੀ ਨੇ ਅਤੇ ਉਹ ਇਸਰਾਇਲ ਨੂੰ ਸਪੋਰਟ ਕਰਦੇ ਨੇ, ਕਸ਼ਮੀਰ ਦੇ ਖਿਲਾਫ ਨੇ, ਬਿਲਕੁਲ ਇੰਝ ਦੇ ਲੋਕ ਫਿਰ ਹੁੰਦੇ ਹੀ ਆ ਹਰ। ਪਰ ਮੈਂ ਵੇਖਦਾ ਸੀ ਫਿਰ ਕੱਲ੍ਹ, ਮੈਂ ਉਹ ਕੀ ਨਾਂ ਆ ਜਿਹਨੇ ਮੁਫਤੀ ਮੁਬਸ਼ਰ ਸਾਹਿਬ ਨੂੰ ਅੱਬੂ ਬਣਾਇਆ, ਮੋਚੀ,
ਉਹ ਹੁਣ ਉੱਥੇ ਬਰਾਡ ਸੀ, ਬਰਾਡ ਸਾਡੀ ਤੇ ਆਉਣਾ ਚਾਹੀਦਾ। ਮੇਰੇ ਕੋਲ ਉਹਦੀ ਵੀਡੀਓਜ਼ ਮੌਜੂਦ ਨੇ, ਮੈਂ ਉਸ ਬੰਦੇ ਦਾ ਪੂਰਾ ਪਿੱਛਾ ਕਰ ਰਿਹਾ। ਬੈਠਾ ਸਰਦਾਰ ਨੇ ਹੁਣ ਜ਼ਹਿਰੀ ਗੱਲ ਹੈ ਕਿ ਹੁਣ ਮਾਹੌਲ ਹੀ ਐਸਾ ਚੱਲਦਾ ਪਿਆ ਕਿ ਜਿਹਨੇ ਲਾਇਆ ਗੱਲੀ ਮੈਂ ਉਹਦੇ ਨਾਲ ਹੀ ਚੱਲੀ। ਵੀਰ ਭਰਾ ਜਿਹੜੇ ਨੇ, ਮੈਂ ਹੈਰਾਨ ਹੁੰਦਾ ਵਾਂ ਕਿ ਐਡੇ ਐਡੇ ਸੋਬਰ ਅਤੇ ਪੜ੍ਹੇ ਲਿਖੇ ਲੋਕ ਵੀ ਇੰਝ ਕਿਸੇ ਦੇ ਹੱਥਾਂ 'ਤੇ ਖੇਡ ਸਕਦੇ ਨੇ। ਅਤੇ ਇਹ ਸਿੰਘ ਭਰਾ ਉਹ ਜਾਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ, ਯਾਨੀ ਕਿ ਇਹ ਗੱਲ ਕਰਕੇ ਅਤੇ ਅਗਲੇ ਬੰਦੇ ਨੂੰ ਆਪਣੇ ਵੱਲ ਅਟਰੈਕਟ ਕਰਨਾ ਕਿ ਮੈਂ ਇੱਕ ਮੁਸਲਮਾਨ ਹਾਂ ਅਤੇ ਮੈਂ ਇਹ ਚੀਜ਼ ਨੂੰ ਤੁਹਾਡੇ ਸਾਹਮਣੇ ਪ੍ਰੋਨਾਊਂਸ ਕਰਕੇ ਅਤੇ ਮੈਂ ਤੁਹਾਡੀ ਅਟਰੈਕਸ਼ਨ ਚਾਹੁੰਦਾ ਵਾਂ, ਤੁਸੀਂ ਮੇਰੀ ਗੱਲ ਸੁਣੋ। ਹੁਣ ਜਦੋਂ ਇਹ ਬੰਦੇ ਨੇ ਗੱਲ ਕਰ ਦੇਣੀ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਹੁਣ ਇਹਦੇ 'ਚ ਇਹ ਵੇ ਕਿ ਬਾਬਾ ਗੁਰੂ ਨਾਨਕ ਜੀ ਹਾਲਸ ਸ਼ੁੱਧ ਸਨ, ਮੇਰੇ ਜਿਹੜੇ ਇਲਮ ਵਿੱਚ ਕੋਈ ਸਿੱਖ ਭਰਾ ਹੀ ਇਹਦੇ ਉੱਤੇ ਡਿਫਾਈਨ ਕਰ ਸਕਦਾ, ਅਤੇ ਉਹਨਾਂ ਦੀ ਹੀ ਫਤਿਹ ਵੇ ਇਹ ਤਾਂ ਇੱਕ, ਯਾਨੀ ਕਿ ਉਹਨਾਂ ਦਾ ਇੱਕ ਆਪਣਾ ਬਿਲੀਵ ਏ, ਇੱਕ ਆਪਣਾ ਹਰ ਬੰਦਾ ਆਪਣੇ ਨਜ਼ਰੀਏ ਦੇ ਵਿੱਚ ਠੀਕ ਹੁੰਦਾ। ਵਾਹਿਗੁਰੂ ਜੀ ਨੂੰ ਕਹਿੰਦੇ ਨੇ ਨਾ, ਇਹ ਬੇਸਿਕਲੀ ਅੱਲਾ ਪਾਕ ਦੀ ਜ਼ਾਤ ਦਾ ਨਾ ਇਹਨਾਂ ਨੇ ਵਾਹਿਗੁਰੂ ਰੱਖਿਆ। ਇਹ ਗੁਰੂ ਨਾਨਕ ਨੂੰ ਵਾਹਿਗੁਰੂ ਨਹੀਂ ਕਹਿੰਦੇ, ਵਾਹਿਗੁਰੂ ਦਾ ਮਤਲਬ ਹੈਗਾ ਅੱਲਾ ਪਾਕ, ਤੇ ਜਦੋਂ ਕਹਿੰਦੇ ਨਾ ਵਾਹਿਗੁਰੂ ਦਾ ਖਾਲਸਾ, ਉਹਦਾ ਮਤਲਬ ਹੈ ਕਿ ਵਾਹਿਗੁਰੂ ਵਾਸਤੇ ਅਸੀਂ ਖਾਲਸ ਹਾਂ, ਸਿਰਫ ਉਹਦੇ ਵਾਸਤੇ ਅਸੀਂ ਹਾਂ, ਤੇ ਵਾਹਿਗੁਰੂ ਦੀ ਫਤਿਹ ਸਿਰਫ ਅੱਲਾ ਦੀ ਫਤਿਹ। ਇਹਦੇ ਵਿੱਚ ਕੋਈ ਹਰਜ ਨਹੀਂ ਕਹਿਣ ਦੇ ਵਿੱਚ ਹੈਗਾ, ਵਾਹਿਗੁਰੂ ਦਾ ਖਾਲਸਾ ਤੇ ਵਾਹਿਗੁਰੂ ਦੀ ਫਤਿਹ ਵਿੱਚ ਕੋਈ ਮੁਸ਼ਰਕਾਨਾ ਗੱਲ ਨਹੀਂ ਜੀ। ਕਾਜ਼ਮੀ ਭਾਈ, ਮੈਂ ਤੁਹਾਨੂੰ ਨਾ ਗੱਲ ਜਿੱਥੋਂ ਮੈਂ ਕਰ ਰਿਹਾ ਸ਼ਾਇਦ ਤੁਸੀਂ ਉਸ ਨੂੰ ਪਹੁੰਚੇ ਨਹੀਂ ਹੈ, ਕਿ ਇੱਕ ਚੀਜ਼ ਜਾ ਕੇ ਅਟਰੈਕਸ਼ਨ ਲੈਣੀ ਔਰ ਜਾ ਕੇ ਗੱਲਾਂ ਕਰਨੀਆਂ ਕਿ ਮੈਂ ਸਹੀ ਆ, ਉਹਨਾਂ ਦਾ ਜਿਹੜਾ ਟਰਮ ਹੈ ਉਹ ਇਸਤੇਮਾਲ ਕਰਕੇ ਤੇ ਉਹਨਾਂ ਦਾ ਯਾਨੀ ਕਿ ਸਿੰਪਥੀ ਹਾਸਲ ਕਰਨਾ ਕਿ ਵੇਖੋ ਜੀ ਇਹ ਸਾਡੇ ਵਾਲੇ ਟਰਮ ਇਸਤੇਮਾਲ ਕਰ ਰਿਹਾ ਤੇ ਬੜਾ ਚੰਗਾ ਬੰਦਾ ਲੱਗ ਰਿਹਾ ਵਾ, ਤੇ ਉਹਨਾਂ ਦੀ ਜਿਹੜਾ ਵਾ ਸਪੋਰਟ ਹਾਸਲ ਕਰਕੇ ਤੇ ਫਿਰ ਉਸ ਤੋਂ ਬਾਅਦ ਆਪਣਾ ਦਜਲ ਫੈਲਾਉਣਾ, ਇਹ ਇਹਨਾਂ ਦਾ ਅਸਲ ਕਹਿਣ ਦਾ ਮਕਸਦ ਸੀ ਵੀ ਅੱਜ ਮਰਜ਼ਈ ਕਰਦੇ। ਅੱਛਾ ਨੀਚੇ ਨਾ ਜੀ ਜੀ ਉਹ ਤਾਂ ਮੈਨੂੰ ਪਤਾ ਹੈ, ਉਹ ਗੱਲ ਸਹੀ ਕਰ ਤੁਸੀਂ ਕਰਦੇ ਪਏ ਹੋ, ਮੈਂ ਸਿਰਫ ਇੰਨਾ ਕਰੈਕਟ ਕਰਨਾ ਸੀ ਕਿ ਨਜ਼ਫ ਅਬਾਸ ਭਾਈ ਨੇ ਨਾ ਉਹਨੂੰ ਨਾ ਬੇਸਿਕਲੀ ਗੁਰੂ ਨਾਨਕ ਦੇ ਨਾਲ ਉਹਨੂੰ ਲਿੰਕ ਕੀਤਾ ਵਾਹਿਗੁਰੂ ਦੇ ਟਰਮੀਨੋਲੋਜੀ ਨੂੰ, ਅਤੇ ਉਹ ਕੀ ਹੈ ਕਿ ਇਹ ਅਕਸਰ ਲੋਕਾਂ ਨੂੰ ਇਹ ਕਨਫਿਊਜ਼ਨ ਹੈਗਾ। ਹਾਂ ਲੇਕਿਨ ਤੁਸੀਂ ਗੱਲ ਕਰਦੇ ਮੁਨਾਫਿਕਤ, ਇਹੀ ਇਹਨਾਂ ਦੀ ਮੁਨਾਫਿਕਤ ਹੈ, ਇਹ ਵਿੱਚ ਰਲਦੇ ਨੇ ਅਤੇ ਜੀ ਅਸੀਂ ਤੁਹਾਡੇ ਨਾਲ ਹਾਂ, ਅਸੀਂ ਤੁਹਾਡੇ ਨਾਲ, ਅਸੀਂ ਤੁਹਾਡੇ ਨਾਲ ਹਾਂ, ਲੇਕਿਨ ਅਸਲ ਦੇ ਵਿੱਚ ਇਹ ਬੇਸਿਕਲੀ ਜਾ ਕੇ ਉੱਥੇ ਆਪਣੇ ਗੰਦੇ ਮਕਾਸਦ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਹੁਣ ਜਿਵੇਂ ਚੀਜ਼ ਲਿਖੀ ਹੈ ਤੁਹਾਡੀ ਸਕਰੀਨ ਦੇ ਉੱਤੇ, ਯਾਰ ਜੀ ਕੋਈ ਸਰਦਾਰ ਭਰਾ ਨੂੰ ਵੀ ਉੱਤੇ ਲਵੋ, ਥੱਲੇ ਬਹੁਤ ਸਰਦਾਰ ਭਰਾ ਬੈਠੇ ਹੋਏ ਨੇ, ਥੱਲੇ ਇੱਕ ਸੁੱਖੀ ਭਰਾ ਨੇ ਤੇ ਉਹ ਕਾਲ ਤੇ ਆ ਨਹੀਂ ਸਕਦੇ, ਲੇਕਿਨ ਉਹ ਥੱਲੇ ਮੈਸੇਜ ਕਰੀ ਜਾ ਰਹੇ ਨੇ। ਅੱਛਾ ਇਹ ਜਿਹੜਾ ਮੈਸੇਜ ਹੈ ਨਾ ਉੱਥੇ ਇਹਨਾਂ ਦੀਆਂ ਬਰਾਡਾਂ ਦੇ ਉੱਪਰ ਵੀ ਬੜਾ ਪੁੱਛਿਆ ਜਾ ਰਿਹਾ, ਜਾਣ ਬੁੱਝ ਕੇ ਪੁੱਛਦੇ ਨੇ ਲੋਕ ਕਿ ਮੁਸਲਮਾਨ ਜਿਹੜੇ ਉਹ ਕਾਬਾ ਨੂੰ ਉਸ ਬਿਲਡਿੰਗ ਨੂੰ ਪੂਜਦੇ ਨੇ। ਲਿਖਿਆ ਇਹਨਾਂ ਨੇ, ਬਰੋ ਵਟ ਯੂ ਥਿੰਕ ਅਬਾਊਟ ਵੈਨ ਮੁਸਲਿਮ ਗੋਇੰਗ ਇਨ ਸਾਊਦੀ ਅਰੇਬੀਆ ਐਂਡ ਥਰੂ ਸਟੋਨ ਅਪੋਨ ਦਾ ਬਿਲਡਿੰਗ। ਕੋਈ ਇੰਜ ਦੀ ਕਹਿਣ ਦਾ ਮਕਸਦ ਤਾਂ ਇਹੀ ਹੈ ਕਿ ਸ਼ਾਇਦ ਕਿ ਕੋਈ ਪੂਜਾ ਵਗੈਰਾ, ਲੇਕਿਨ ਉਹ ਸ਼ਾਇਦ ਉਹਨੇ ਮੁਕੰਮਲ ਨਹੀਂ ਲਿਖਿਆ ਬਈ ਕਿਸੇ ਮੁਸਲਮਾਨ ਦਾ ਬਿਲੀਵ ਨਹੀਂ ਹੈ। ਸੁੱਕੀ ਭਰਾ ਜੀ, ਕਿਸੇ ਮੁਸਲਮਾਨ ਦਾ ਬਿਲੀਵ ਨਹੀਂ ਹੈ ਕਿ ਮੁਸਲਮਾਨ ਜਿਹੜੇ ਉਹ ਕਾਬਾ ਦੀ ਪੂਜਾ ਕਰਦੇ ਨੇ, ਸਿਰਫ ਇਹ ਸਿਮ 'ਤੇ, ਇਹ ਸਿਮ 'ਤੇ ਜਿਸ ਤਰ੍ਹਾਂ ਕਿ ਅੱਲਾਹ ਤਾਲਾ ਨੇ ਸਾਡੇ
ਕੁਰਾਨ ਪਾਕ ਦੇ ਵਿੱਚ ਵੀ ਫਰਮਾਇਆ ਕਿ ਨਬੀ ਆਪ ਆਪਣੇ ਚਿਹਰਾ ਜੋ ਹੈ ਬਾਰ ਬਾਰ ਆਸਮਾਨ ਕੀ ਤਰਫ ਹਮ ਉੱਠਤਾ ਦੇਖਤੇ ਹੈ, ਤੋ ਲਿਹਾਜ਼ਾ ਹਮ ਜ਼ਰੂਰ ਆਪਕੋ ਇਸ ਕਿਬਲਾ ਕੀ ਤਰਫ ਕੇ ਜਿਸਕੀ ਜਿਸਕੋ ਆਪ ਪਸੰਦ ਫਰਮਾਤੇ ਹੈਂ ਕਿ ਜਿਸੇ ਆਪ ਪਸੰਦ ਕਰਤੇ ਹੈ ਆਪਕੋ ਹੁਕਮ ਦੇਤੇ ਹੈ ਕਿ ਆਪ ਮਸਜਿਦ ਹਰਾਮ ਕੀ ਤਰਫ ਮੂੰਹ ਫੇਰ ਲੇ। ਤੋ ਯੇ ਤੋ ਇਹ ਕਿਬਲਾ ਜੋ ਹੈ ਨਾ ਸਿਮਤ ਜੋ ਹੈ ਵੋ ਇਤਫਾਕ ਕੀ ਇਤਿਹਾਦ ਕੀ ਕਹਿ ਲੇ ਕਿ ਇਸਕਾ ਜ਼ਰੀਆ ਹੈ ਇਹ ਕਾਬਾ ਸ਼ਰੀਫ ਜੋ ਹੈ ਇਸਲਾਮ ਮੇਂ। ਔਰ ਇਹ ਜੋ ਨਕਸ਼ਾ ਵੀ ਜੋ ਪਹਿਲੇ ਮੁਸਲਮਾਨੋ ਨੇ ਸਭਸੇ ਪਹਿਲੇ ਦੁਨੀਆ ਕਾ ਨਕਸ਼ਾ ਬਣਾਇਆ ਥਾ ਉਹ ਜਿਸ ਮੇਂ ਜੋ ਜਨੂਬ ਹੈ ਵੋ ਉੱਪਰ ਔਰ ਸ਼ਮਾਲ ਨੀਚੇ, ਲੇਕਿਨ ਅਭੀ ਜੋ ਆਪਣਾ ਅਬ ਜੋ ਜਦੀਦ ਹੈ ਉਸਮੇਂ ਸ਼ਮਾਲ ਉੱਪਰ ਕੀ ਤਰਫ ਹੈ ਔਰ ਜਨੂਬ ਨੀਚੇ ਕੀ ਤਰਫ ਹੈ, ਲੇਕਿਨ ਜੋ ਕਾਬਾ ਹੈ ਵੋ ਵਸਤ ਮੇਂ ਫਿਰ ਵੀ ਵਸਤ ਮੇਂ ਰਹਿਤਾ ਹੈ। ਤੋ ਕੋਈ ਵੀ ਇਹ ਬਿਲੀਵ ਨਹੀਂ ਕਰਤਾ ਕਿ ਜੈਸੇ ਕਿ ਉਸਮੇਂ ਕਾਬਾ ਕੇ ਮੈਂ ਜੋ ਹੈ ਵੋ ਉਧਰ ਸੋਰੀ ਪੰਜਾਬੀ ਚ ਗੱਲ ਕਰੋ, ਸਾਡੇ ਬਹੁਤ ਸਾਰੇ ਵੀਰ ਭਰਾ ਪੰਜਾਬੀ ਬੈਠੇ ਨੇ। ਅੱਛਾ 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 ਸੁੱਕੀ ਭਰਾ ਨੂੰ ਸਮਝ ਨਾ ਕਹਿੰਦੇ ਆ ਵੀ ਗਈ ਥੱਲੇ ਉਹ ਲਿਖ ਮੇਰੇ ਨੇ ਮੇਰੀ ਉਰਦੂ ਵੀ ਸਮਝ ਆ ਗਈ। ਅੱਛਾ ਮੈਂ ਇੱਕ ਗਿਲਾ ਕਰਨਾ ਵਾ, ਮੈਂ ਇੱਕ ਉਹ ਕਹਿ ਰਿਹਾ ਸੀ ਜੀ ਜੀ ਉਹ ਪੁੱਛ ਰਿਹਾ ਸੀਗਾ ਵੀ ਇਹ ਜਿਹੜੇ ਉੱਥੇ ਕੰਕਰੀਆਂ ਮਾਰਦੇ ਮੇਰੇ ਖਿਆਲ ਆ ਉਹਦਾ ਪੁੱਛ ਰਿਹਾ ਉਹ, ਤੇ ਇਹ ਕਾਬੇ ਦਾ ਜਿਹੜਾ ਦੱਸਿਆ ਵਾ ਉਸਮਾਨ ਬਾਈ ਨੇ, ਇਹ ਕਾਬਾ ਤੇ ਡਾਇਰੈਕਸ਼ਨ ਹੈ ਤੇ ਜਸਟ ਫਾਰ ਯੂਨਿਟੀ ਇਹ ਡਾਇਰੈਕਸ਼ਨ ਹੈ ਕਿ ਤੁਸੀਂ ਇਸ ਸਿਮਤ ਨੂੰ ਇਸ ਪਾਸੇ ਨੂੰ ਮੂੰਹ ਕਰਕੇ ਤੁਸੀਂ ਸਜਦਾ ਕਰਨਾ, ਸਜਦਾ ਤੇ ਅੱਲਾ ਨੂੰ ਹੀ ਕਰਨਾ, ਅੱਲਾ ਦੀ ਜ਼ਾਤ ਨੂੰ ਕਰਨਾ ਵਾ, ਅੱਲਾ ਤੋਂ ਇਲਾਵਾ ਕਿਸੇ ਨੂੰ ਸਜਦਾ ਕਰਨਾ ਕੁਫਰ ਤੇ ਸ਼ਿਰਕ ਹੈ ਉਹ ਮਨਾ ਹੈ। ਇਹ ਸਿਰਫ ਡਾਇਰੈਕਸ਼ਨ ਦੱਸੀ ਗਈ ਕਿ ਤੁਸੀਂ ਸਾਰੇ ਮੁਸਲਮਾਨ ਤਾਂ ਕਿ ਯੂਨਿਟੀ ਕਿ ਮੁਸਲਮਾਨਾਂ ਦੀ ਹੋਏ। ਤੇ ਇਹ ਦੂਜਾ ਜਿਹੜਾ ਸਟੋਨ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਪੱਥਰ, ਇਹ ਵੀ ਇੱਕ ਨਾ ਅਲਾਮਤ ਦੇ ਤੌਰ 'ਤੇ ਵੇ ਕਿ ਸ਼ੈਤਾਨ ਨੂੰ ਯਾਨੀ ਕਿ ਇਵਲ ਫੋਰਸਿਸ ਨੂੰ ਤੁਸੀਂ ਡਿਨਾਈ ਕਰਨਾ ਹੈ, ਉਹਦੀ ਇੱਕ ਅਲਾਮਤ ਦੇ ਤੌਰ 'ਤੇ ਉੱਥੇ ਇੱਕ ਖਾਸ ਜਗ੍ਹਾ ਵੇ ਜਿੱਥੇ ਕੰਕਰੀਆਂ ਪੱਥਰ ਮਾਰੇ ਜਾਂਦੇ ਆ, ਤਾਂ ਕਿ ਉਹਦੇ ਤੋਂ ਇਹ ਲੈਸਨ ਦਿੱਤਾ ਜਾਏ ਕਿ ਤੁਸੀਂ ਜਿੰਨੀਆਂ ਵੀ ਇਵਲ ਫੋਰਸਿਸ ਨੇ ਉਹਨਾਂ ਨੂੰ ਡਿਨਾਈ ਕਰਨਾ, ਉਹਨਾਂ ਨੂੰ ਫਾਲੋ ਨਹੀਂ ਕਰਨਾ, ਇਹ ਮਕਸਦ ਹੈ ਉਹਦਾ। ਅੱਛਾ ਦੇਸੀ ਡਾਕਟਰ ਸਾਹਿਬ, ਵੀਰ ਜੀ ਇਹ ਸਵਾਲ ਸਾਡਾ ਨਹੀਂ ਹੈ ਜਿਹੜਾ ਸਕਰੀਨ ਦੇ ਉੱਤੇ ਲੱਗਾ ਹੈ, ਇਹ ਜਿਨ੍ਹਾਂ ਕੀਤਾ ਤੁਹਾਨੂੰ ਅਵੇਅਰ ਕਰ ਰਹੇ ਹਾਂ, ਉਹਨਾਂ ਕੋਲੋਂ ਜਾ ਕੇ ਪੁੱਛੋ ਕਿ ਬਾਬਾ ਸਾਡਾ ਤਾਂ ਬਲੀਵ ਹੈ ਕਿ ਬਾਬਾ ਗੁਰੂ ਨਾਨਕ ਜੀ ਨੇ ਇੱਕ ਆਪਣਾ ਧਰਮ ਰੱਖਿਆ ਔਰ ਉਹਦੇ ਉੱਤੇ ਸਿੱਖਾਂ ਦੀ ਬੁਨਿਆਦ ਰੱਖੀ, ਸਿੱਖ ਇਸਮ ਦੀ ਬੁਨਿਆਦ ਰੱਖੀ ਔਰ ਉਹ ਵਾਹਵਾ ਇੱਕ ਬੜੀ ਦਲੇਰ ਕੌਮ ਬਣੀ, ਗੁਰੀ ਭਾਅ ਜੀ ਆ ਗਏ ਜੇ ਬਈ। ਵਾਲੇਕੁਮ ਅਸਲਾਮ ਵਰਹਮਤੁਲਾ ਬਰਕਾਤੁ। ਕੱਲ ਤਲਤ ਮਲਕ ਨੇ ਕਮੈਂਟ ਕੀਤਾ, ਹਾਲਾਂਕਿ ਮੈਨੂੰ ਪਹਿਲੇ ਇਸ ਚੀਜ਼ ਦਾ ਕੋਈ ਆਈਡੀਆ ਨਹੀਂ ਸੀ ਹੈ, ਲੇਕਿਨ ਕੱਲ ਉਹਦੀ ਕਮੈਂਟ ਤੋਂ ਮੈਨੂੰ ਜਿਹੜਾ ਨਾ ਪਤਾ ਲੱਗਿਆ ਕਿ ਕਾਦੀਆਨੀ ਜਿਹੜੇ ਨੇ ਇਹ ਜਿਹੜੀ ਸਿੱਖਾਂ ਦੀ ਤਹਿਰੀਕ ਹੈ ਖਾਲਿਸਤਾਨ, ਇਹਦੇ ਵੀ ਖਿਲਾਫ ਨੇ। ਕਾਦੀਆਨੀ ਤਾਂ ਮੈਂ ਚੁਣ ਚੁਣ ਕੇ ਇਹਨਾਂ ਦੇ ਵਿੱਚੋਂ ਕੱਢੇ ਨੇ, ਬਾਕੀ ਵਿੱਚ ਕੁਝ ਜਗ੍ਹਾ 'ਤੇ ਬਹਿ ਰਹੇ ਨੇ ਅਤੇ ਕੁਝ ਜਗ੍ਹਾ 'ਤੇ ਬੈਠੇ ਹੁੰਦੇ ਨੇ। ਬਾਕੀ ਤੁਸੀਂ ਗੱਲ ਕਰੋ, ਮੈਂ ਜ਼ਰਾ ਨਾ ਰੋਟੀ ਖਾ ਲਾਂ। ਖਾਓ ਜੀ ਖਾਓ। ਅਤੇ ਅਗਰ ਇਜਾਜ਼ਤ ਹੋਵੇ ਜੀ 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 ਸਲਾਮ ਅਲੈਕੁਮ ਜੀ ਵਾਲੇਕੁਮ। ਮੈਂ ਜ਼ਿਆ ਭਾਈ ਕੱਲ ਇੱਕ ਬਰਾੜ ਪੇ ਬੈਠਾ ਥਾ, ਹਮਾਰੇ ਸਿੱਖ ਦੋਸਤ ਕੀ ਬਰਾੜ ਥੀ, ਤੋ ਵਹਾਂ ਪੇ ਜੋ ਨਾ ਯੇ ਬਾਤੇਂ ਚੱਲ ਰਹੀ ਥੀ, ਤੋ ਯੇ ਨਜ਼ੀਰ ਆਇਆ ਹੈ ਉੱਪਰ, ਤੋ ਹਮ ਲੋਗੋਂ ਨੇ ਇੱਕ ਰਾਜਾ ਜ਼ੁਲਫਕਾਰ ਨਾਮ ਕੀ ਆਈਡੀ ਹੈ, ਹਮ ਲੋਗੋਂ ਨੇ ਜਬ ਸਤ ਬਚਨ ਪੇ ਬਾਤ ਕੀ ਹੈ, ਤੋ ਯੇ ਪਾਗਲੋਂ ਕੀ ਤਰ੍ਹਾਂ ਨਾ ਵਹਾਂ ਪੇ ਨਾਰੇ ਮਾਰਨਾ ਸ਼ੁਰੂ ਹੋ ਗਿਆ ਜੀ ਕਿ ਬਾਬਾ ਗੁਰੂ ਨਾਨਕ ਕੀ ਜੈ, ਬਾਬਾ
इतनी गंदी गंदी बातें लिखी हैं जिनको तुम लोग डिफेंड नहीं कर सकते, तो हम लोगों पे इल्ज़ाम क्यों डालते हो? ये वहाँ पर बैठकर पाकिस्तान के खिलाफ और इस्लाम के खिलाफ और मुसलमानों के ये जो हमारे उलमा दीन वगैरह हैं इनके खिलाफ जो ना ये बकवासियात कर रहे थे। तो हम लोगों ने जब सत बच्चन पे बात की तब ये नारे मारना शुरू हो गए जी, बाबा जी की जय, बाबा जी की जय। यार जी पागल को मैं कादियानी भी जज़ाकअल्लाह। मुनाफकत है ना जी, मुनाफकत है। ए हुण सिर्फ सिखां नूं ऐ शो कराउण वास्ते, असीं तां बड़ी तुहाडी इज्जत करदे हां ते बड़ा तुहाडा जिहड़ा ना बाबा जी दी वी इज्जत करदे हां। मुनाफकत है ना कि इन्हां ने जिहड़ा इन्हां दा नबी लिख के गया वा मिर्ज़ा कादियानी, ਉਹਨਾਂ ਨੂੰ ਉਸ ਦਾ ਕੋਈ ਨਹੀਂ ਹੈ ਕਿ ਵੀ ਸਾਡੇ ਨਬੀ ਨੇ ਗੱਲ ਲਿਖੀ ਅਸੀਂ ਉਹਨੂੰ ਓਨ ਕਰੀਏ, ਉਹਨੂੰ ਡਿਫੈਂਡ ਕਰੀਏ। ਅਤੇ ਇਹ ਸਿਰਫ ਵੀ ਸਿੱਖ ਸਾਨੂੰ ਚੰਗਾ ਕਹਿਣ, ਉਹ ਜਿਹੜਾ ਇਸ ਕੰਮ ਵਾਸਤੇ ਆਪਣੇ ਨਬੀ ਨੂੰ ਛੱਡ ਗਿਆ ਅਤੇ ਉਹ ਬਾਬਾ ਗੁਰੂ ਨਾਨਕ ਦਾ ਕਿੱਡਾ ਕੁ ਵਫਾਦਾਰ ਹੋਏਗਾ। ਅੱਛਾ ਜ਼ਿਆ ਬਾਈ ਇੱਕ ਬਾਤ, ਚਲੇ ਖੈਰ ਮੈਂ ਇੱਕ ਥੋੜ੍ਹੀ ਸੀ ਬਾਤ ਜਿਹੜਾ ਇਸ ਵਕਤ ਕੇ ਬਾਰੇ ਮੈਂ ਬਤਾਨੀ ਤੀ حضرت عمر رضی اللہ عنہ گل کرنی سی او دے بعد اگر کر لین دے عمر بھائی فاطمہ صاحبہ وہ اگر آپ نے پڑھی ہے اس میں تعریف کی ہے تو وہ پھر آپ کہیں نا اپنے مربیوں کو کہ وہ پڑھ کے سنایا کریں کیوں بھاگتے ہیں تعریف ہی تعریف ہے تو وہ پابندی کیوں لگی ہوئی ہے اس پہ یہ جو ہے وہ یہ بھی ان کو نہیں پتا انہوں نے خود نہیں پڑھی ہوئی انہیں خود اردو نہیں پڑھنی آتی چھوڑ دیں آپ وہ ہا کو ہا لکھ رہی ہوتی ہیں ان کو کہیں احمد لکھیں یا احمد کے اندر الف اور وہ دو آنکھوں والی ہار ڈال دیتی ہیں احمدی اس سے لکھ دیتی ہیں خیر ان کو چھوڑیں آپ کوئی بات نہیں یہ پتہ نہیں ہے کہ یہ فاطمہ سسٹر ہی ہیں یا بیچ میں پیچھے جو ہے وہ زاہد گزر بیٹھا ہوا ہے ہمیں کوئی نہیں پتہ یہ چھوڑ دیں یہ چیزوں کو اچھا میں نے نا ایک گلہ بھی کرنا ہے آپ لوگوں کی اجازت سے ضیاء بھائی وہ گلہ یہ کرنا ہے کہ سکھوں کے جو لوگ ابھی بھی اس چیز سے باز نہیں آ رہے ہیں وہ استعمال ہو رہے ہیں اور میں سمجھتا ہوں کہ ایموشنلی طور پر نا انسٹیبل لگ رہے ہیں مجھے کچھ لوگ ان میں سے نا تو مجھے ایک چیز کی یہ سمجھ نہیں آ رہی اس پہ ذرا تھوڑا سا کوئی بندہ اگر روشنی ڈال دے کہ سکھ آ کے یہ بات کرنا چاہے کہ یار مسلمانوں کا اور سکھوں کا تو کبھی آپس میں اس طرح کا رائے ہی نہیں ہے رائیولری رائے ہی نہیں ہے آپ لوگوں کی آپس میں جب آپ تھے جب جو تھا وہ رنجیت سنگھ آپ کا تھا آپ لوگ تو بیسیکلی لڑا کرتے تھے ہندوؤں کے ساتھ آپ تو بیسیکلی جو تھے وہ ہندوؤں کے خلاف تھے ان کے مندروں کے خلاف تھے یہ مورتی پوجا کے خلاف تھے اب کیا ایسا ہو گیا ہے کہ ان کے ساتھ آپ ملے ہوئے ہو اور جو مسلمان جو تمہارے اور ہمارے درمیان میں ایک چیز جو کامن ہے کہ تم بھی اللہ کو ایک مانتے ہو واہ گرو کو ایک مانتے ہو ہم بھی اللہ کو ایک مانتے ہیں اس سے بڑھ کے ریلیشن شپ تمہارا باقیوں کے ساتھ ہو گیا ہے ملحدوں کے ساتھ ہو گیا ہے تمہارا دوسرے مذاہب جو ہیں جو مشرقین ہیں ان کے ساتھ مل کے تم ہم مواہدوں کے ساتھ تم لوگ کرو گے یہ بھی سمجھ سے باہر ہے ایک تو یہ چیز دوسری یہ کہ قاضی بھائی یہ بات سب سے نا جڑے سکھ ساڈے کول آندے نے او تے سارے ای دس رہے ہیں کہ بھائی ساڈا تے کوئی نہیں نا ہی ساڈا مسلماناں دا سکھاں نال سکھاں دا مسلماناں نال کوئی رولا اے وچوں جڑے کوئی شیطان اٹھے نے نا اے بڑی وڈی گیم چل رہی ہے ਇਹ ਕੋਈ ਸ਼ੈਤਾਨੀ ਕੀਤੀ ਹੈ ਜਿਨ੍ਹਾਂ ਨੇ ਇਹ ਉਹ ਕੰਮ ਪਖਾ ਰਹੇ ਆ ਤੇ ਲੜਾ ਰਹੇ ਆ ਸਿਰਫ ਅਸਲ ਚ ਸਾਰੇ ਬੰਦੇ ਪਿੱਛੇ ਇਹ ਗੱਲ ਨਜ਼ਰ ਆ ਰਹੀ ਹੈ ਹਾਂਜੀ ਕਿਦਾਂ ਮੇਰੇ ਸਾਹ ਥੱਲੇ ਇੱਕ ਤਾਂ ਮੈਂ ਤਾਂ ਬੇਸਿਕਲੀ ਕੀ ਚਾਹੁੰਦੇ ਨੇ ਇਹ ਨੁਕਸਾਨ ਅੱਛਾ ਗੱਲ ਗੱਲ ਸੁਣ ਲਓ ਪਾਈਰਾਂ ਦੀ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਖਾਲਿਸਤਾਨ ਨੂੰ ਇਹ ਜਿਹੜੇ ਇਹ ਕਰਦੇ ਪਏ ਨੇ ਨਾ ਗਾਲਾਂ ਕੱਢਦੇ ਪਏ ਨੇ ਇਹ ਅਜ਼ਿਆ ਬਾਈ ਉਹ ਭਾਈ ਆਏ ਨੇ ਮੈਂ ਬਾਅਦ 'ਚ ਉਹਨਾਂ ਨਾਲ ਗੱਲ ਕਰਨਾ ਨਵਿੰਦਰ ਭਾਅ ਜੀ ਇੱਕ ਮਿੰਟ ਠਹਿਰੋ
ਨਵਤੇਜ ਨਵਤੇਜ ਭਾਅ ਜੀ ਇੱਕ ਮਿੰਟ, ਜ਼ਿਆ ਬਈ ਗੱਲ ਹੈ ਵੇ ਕਿ ਮੈਨੂੰ ਲੱਗ ਰਿਹਾ ਕਿ ਇਹ ਬੇਸਿਕਲੀ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਇੱਕਦਮ ਅੱਗ ਲਾਈ ਜਾ ਰਹੀ ਹੈ ਨਾ, ਇਹ ਬੇਸਿਕਲੀ ਖਾਲਿਸਤਾਨ ਦੀ ਮੁਹਿੰਮ ਨੂੰ ਕਮਜ਼ੋਰ ਬਣਾਉਣ ਵਾਸਤੇ, ਉਹਨੂੰ ਨਾਕਾਮ ਕਰਨ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਕਿ ਕਿਸੇ ਵੀ ਤਰੀਕੇ ਨਾਲ ਸਪੈਸ਼ਲੀ ਪਾਕਿਸਤਾਨੀਆਂ ਦੇ ਨਾਲ ਸਿੱਖਾਂ ਦੀ ਲੜਾਈ ਕਰਵਾਈ ਜਾਵੇ ਤਾਂ ਕਿ ਜਿਹੜੇ ਹਿੰਦੂ ਨੇ ਉਹ ਬੇਸਿਕਲੀ ਫਾਇਦਾ ਚੁੱਕ ਸਕਣ ਸਾਡੀ ਲੜਾਈ ਦਾ, ਅਤੇ ਖਾਲਿਸਤਾਨ ਕਦੀ ਬਣ ਨਹੀਂ ਨਾ ਸਕੇ। ਕਿਉਂ? ਕਿਉਂਕਿ ਖਾਲਿਸਤਾਨ ਬਣਨ ਵਾਸਤੇ ਸਭ ਤੋਂ ਜ਼ਰੂਰੀ ਜਿਹੜੀ ਸ਼ੈ ਵੇ ਉਹ ਮੁਸਲਮਾਨਾਂ ਦੀ ਸਪੋਰਟ ਚਾਹੀਦੀ ਹੈ ਸਿੱਖਾਂ ਨੂੰ, ਨਹੀਂ ਤਾਂ ਸਿੱਖ ਨਹੀਂ ਬਣਾ ਸਕਦੇ। ਕਿਉਂ? ਕਿਉਂਕਿ ਇਹਨਾਂ ਨੇ ਖਾਲਿਸਤਾਨ ਜਦੋਂ ਬਣਾਉਣਾ ਹੈਗਾ ਉਦੋਂ ਉਹਨਾਂ ਨੂੰ ਉਹਦੇ ਵਾਸਤੇ ਕੋਈ ਨਾ ਕੋਈ ਮੁਹਿੰਮ ਚਲਾਉਣੀ ਪੈਣੀ ਹੈ, ਕੋਈ ਮੋਰਚੇ ਕੱਸਣੇ ਪੈਣੇ ਨੇ, ਕੋਈ ਕਿਧਰੇ ਇਤਜਾਜ ਕਰਨਾ ਪੈਣਾ, ਅਸਲਾ ਵੀ ਚਾਹੀਦਾ ਹੋ ਸੀ ਇਹਨਾਂ ਨੂੰ, ਹਰ ਚੀਜ਼ ਚਾਹੀਦੀ ਹੋਏਗੀ। ਉਹ ਇਹਨਾਂ ਨੂੰ ਕੌਣ ਦੇਵੇਗਾ? ਅਗਰ ਪਾਕਿਸਤਾਨ ਨਹੀਂ ਦੇਵੇਗਾ ਤਾਂ ਕੌਣ ਦੇਵੇਗਾ? ਇਸੇ ਵਜ੍ਹਾ ਕਰਕੇ ਮੇਨ ਮਕਸਦ ਐਵੇਂ ਕਿ ਜਿਹੜੇ ਪੰਜਾਬੀ ਨੇ ਲੈਂਦੇ ਪੰਜਾਬ ਦੇ ਅਤੇ ਚੜ੍ਹਦੇ ਪੰਜਾਬ ਦੇ, ਇਹਨਾਂ ਦੇ ਵਿੱਚ ਇਹੋ ਜਿਹਾ ਬਟਵਾਰਾ ਪਹਿਲਾਂ ਇਹਨਾਂ ਨੇ ਕੀਤਾ ਵਾ, ਜ਼ਮੀਨ ਦਾ ਬਟਵਾਰਾ, ਪੰਜਾਬ ਨੂੰ ਟੋਟੇ ਕਰਤਾ ਦੋ। ਹੁਣ ਇਹ ਚਾਹੁੰਦੇ ਨੇ ਕਿ ਇਹਨਾਂ ਜਿਹੜੇ ਦਿਲ ਆਪਸ ਦੇ ਵਿੱਚ ਨਾ, ਇਹਨਾਂ ਦੇ ਦਿਲਾਂ ਦੇ ਵੀ ਬਟਵਾਰੇ ਕੱਟ ਦੇਈਏ। ਇਸ ਵਜ੍ਹਾ ਕਰਕੇ ਸਿੱਖਾਂ ਦੇ ਵਿੱਚੋਂ ਮੁਨਾਫਕ ਨੇ ਜਿਹੜੇ ਇਸ ਚੀਜ਼ ਨੂੰ ਹਵਾ ਪੇ ਦਿੰਦੇ ਨੇ ਅਤੇ ਮੁਸਲਮਾਨਾਂ ਦੇ ਅਕਾਬਰੀਨ ਦੇ ਬਾਰੇ ਬਕਵਾਸ ਪੇ ਕਰਦੇ ਨੇ, ਕੁੱਤੇ ਹੀ ਤਰ੍ਹਾਂ ਭੌਂਕਦੇ ਪਏ ਨੇ। ਤੁਸੀਂ ਵਾਕਈ ਆਪਣੇ ਧਰਮ ਦੇ ਨਾਲ ਖਾਲਸ ਹੋ ਤੇ ਆਪਣੇ ਜਿਹੜੇ ਦੋਸਤ ਨੇ ਉਹਨਾਂ ਨੂੰ ਤੇ ਪਹਿਚਾਨੋ, ਆਪਣੇ ਦੁਸ਼ਮਣਾਂ ਨੂੰ ਤੇ ਪਹਿਚਾਨੋ। ਜੀ ਹਾਂਜੀ ਸ਼ਾਹ ਜੀ, ਮੇਰੇ ਕੋਲ ਨਾ ਟਾਈਮ ਥੋੜਾ, ਮੈਂ ਥੋੜੇ ਬਾਹਰ ਬੈਠਾ ਸੀ, ਆਵਾਜ਼ ਹੁੰਦੀ ਮੇਰੀ? ਜੇ ਆਉਂਦੀ ਤਾਂ ਮੈਨੂੰ ਦੱਸਿਓ, ਜਵਾਬ ਦਿਓ ਮੁੜੇ। ਆਉਂਦੀ ਪਈ ਹੈ ਜੀ, ਗੱਲ ਕਰੋ ਗੱਲ ਕਰੋ। ਸ਼ਾਹ ਗੱਲ ਇੱਦਾਂ ਹੈ ਕਿ ਹਿੰਦੂ ਮੁਸਲਮਾਨ ਆਪਣੇ ਸਿੱਖ ਮੁਸਲਮਾਨਾਂ ਦਾ ਕਦੇ ਵੀ ਰੌਲਾ ਨਹੀਂ ਸੀਗਾ, ਨਾ ਸ਼ਾਇਦ ਹੋਊਗਾ ਵੀ ਨਹੀਂ ਕਿ ਅੱਗੇ ਵੀ। ਗੱਲ ਇਹ ਆ ਕਿ ਮੇਨ ਮੁੱਦੇ ਤੇ ਆਓ, ਮੇਨ ਮੁੱਦਾ ਇੱਥੋਂ ਸਟਾਰਟ ਹੋਇਆ ਸੀਗਾ ਕਿ ਗੱਲ ਸਟਾਰਟ ਹੋਈ ਸੀਗੀ ਗਰੂਮਿੰਗ ਦੀ, ਜੋ ਛੋਟੀਆਂ ਬੱਚੀਆਂ ਨੂੰ ਜਾਂ ਅਦਰ ਰਿਲੀਜਨਸ ਨੂੰ ਧੱਕੇ ਨਾਲ ਕਨਵਰਟ ਕੀਤਾ ਜਾ ਰਿਹਾ ਸੀਗਾ। UK ਦੇ ਵਿੱਚ 40,000 ਕੇਸਿਸ ਸੀਗੇ ਅਤੇ ਜਿਹਦੇ 'ਚ ਜ਼ਿਆਦਾ ਮਜੋਰਟੀ ਸੀਗੀ ਉਹ ਪਾਕਿਸਤਾਨ ਤੋਂ ਸੀਗੀ, ਅਤੇ ਸਿਰਫ ਗਰੂਮਿੰਗ ਦੀ ਗੱਲ ਹੋਈ ਸੀਗੀ। ਅਤੇ ਇਹਨਾਂ ਨੇ ਕੀ ਕੀਤਾ, ਉਹਦੇ 'ਚ ਰਿਲੀਜਨ ਨੂੰ ਵਾਰ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਤੁਹਾਡਾ ਬਾਬਾ ਇੱਦਾਂ ਅਤੇ ਤੁਹਾਡੇ ਬਾਬੇ ਇੱਦਾਂ। ਯਾਰ ਇਹਦੇ 'ਚ ਬਾਬੇ ਵਾਲੀ ਤਾਂ ਗੱਲ ਨਹੀਂ, ਧੀ